ਉਹ ਰੱਸਾ ਵੀ ਖਿੱਚੋ ਨਾ ਨਾਲ ਹੋਰ ਕਰ ਲਾ ਇਹ ਚਲੋ।
ਹਾਂਜੀ ਸਰ, ਇਹ ਜੋ ਬਿਹੜਾ ਆ ਤੁਸੀਂ ਦੇਖ ਰਹੇ ਆ, ਇਹ ਬਿਹੜਾ ਪਿਛਲੇ 15-20 ਦਿਨ ਤੋਂ ਅਸੀਂ ਦੇਖ ਰਹੇ ਸੀ। ਇਹਦੀ ਪੂਛ ਤੇ ਜ਼ਖਮ ਸੀਗਾ ਤੇ ਕਊਏ ਵੀ ਚੁੰਝਾ ਮਾਰਦੇ ਕੁਛ ਵੀ, ਪਰ ਸਾਡੀ ਇਹ ਪਕੜ ਚ ਨਹੀਂ ਸੀ ਆ ਰਿਹਾ। ਅੱਜ 6ਵੀਂ ਵਾਰ ਅਸੀਂ ਟੀਮ ਸਾਰੀ ਲੈ ਕੇ ਗਏ ਆ ਤੇ ਅੱਜ ਅਸੀਂ ਸਫਲ ਹੋਏ ਆ। 5 ਵਾਰੀ ਅਸੀਂ ਅਸਫਲ ਮੁੜਦੇ ਰਹੇ ਆ, ਕਿਉਂਕਿ ਜਿਹੜਾ ਬਿਹੜਾ ਇਹ ਜਾਂਦਿਆ, ਪਰ ਇਹਦੇ ਕਿਸੇ ਨੇ ਦਾਤਰ ਇੰਨੀ ਬੁਰੀ ਤਰ੍ਹਾਂ ਮਾਰਿਓ ਆ, ਬਹੁਤ ਲੋਕਾਂ ਦਾ ਬੁਰਾ ਹਾਲ ਆ ਜਿਹੜੇ ਇਹਨਾਂ ਨੂੰ ਵੱਢਦੇ ਆ। ਇੱਦਾਂ ਹੀ ਉਹਨਾਂ ਦਾ ਅੱਗੇ ਹੋਣਾ, ਪਰਮਾਤਮਾ ਭਲੀ ਕਰੇ। ਪਰ ਅਸੀਂ ਇਸ ਬਿਹੜੇ ਨੂੰ ਹੁਣ ਲੈ ਆਏ ਹਾਂ। ਸਾਡੇ ਪ੍ਰੋਫੈਸਰ ਅਸ਼ਵਨੀ ਸਿਆਲ ਜੀ, ਜਿਹਨੇ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਸਾਰੀ ਇੱਥੇ ਲਾਤੀ, 1,10,00,000 ਰੁਪਈਆ ਇੱਥੇ ਲਾਇਆ ਇਹਨਾਂ ਪਸ਼ੂਆਂ ਵਾਸਤੇ, ਜੋ ਕਿ ਇੱਥੇ ਪਸ਼ੂ ਸਾਡੇ ਕੋਲ 13-14 ਗਾਈਆਂ ਆ, ਜਿਹਨਾਂ ਵਿੱਚੋਂ ਕੈਂਸਰ ਵਾਲੀਆਂ ਵੀ ਆ, ਕਿਸੇ ਦੀ ਲੱਤ ਆ, ਇੱਕ ਕੁੱਤੀ ਆ ਬੇਸਹਾਰਾ, ਉਹਦੀਆਂ ਪਿੱਛੋਂ ਟਰੱਕ ਲੱਤਾਂ ਕੁਚਲ ਗਿਆ ਸੀ ਤੇ ਬਿਹੜਾ ਲੈ ਕੇ ਆਏ। ਇੱਕ ਅਸੀਂ ਪਿਛਲੇ ਮਹੀਨੇ ਘੋੜਾ ਲਿਆਂਦਾ ਸੀ, ਘੋੜੇ ਦੀ ਲੱਤ ਤੇ ਜ਼ਖਮ ਸੀ, ਤੁਸੀਂ ਵੀਡੀਓਆਂ 'ਚ ਦੇਖਦੇ ਰਹੇ ਹੋਵੋਗੇ, ਤੁਸੀਂ ਅਸ਼ਵਨੀ ਸਿਆਲ ਦੇ ਨਾਲ ਜੁੜੇ ਹੋਏ ਹੋਏ। ਤੋਂ ਉਹਦੇ ਵਿੱਚ ਘੋੜੇ ਨੂੰ ਅਸੀਂ 1 ਮਹੀਨਾ ਪੱਟੀਆਂ ਕੀਤੀਆਂ, ਜਦਕਿ ਯੂਨੀਵਰਸਿਟੀ ਨੇ ਜਵਾਬ ਦਿੱਤਾ ਸੀ। ਪਰ ਇਹ ਸਾਡੇ ਪ੍ਰੋਫੈਸਰ ਸਾਹਿਬ ਕਹਿੰਦੇ ਸੀ ਅਸੀਂ ਇਹਨੂੰ, ਉਹ ਕਹਿੰਦੇ ਯਾਰ ਦਾ ਟੀਕਾ ਲਾਉਣਾ, ਇਹ ਕਹਿੰਦੇ ਅਸੀਂ ਨਹੀਂ ਲਾਉਣਾ, ਅਸੀਂ ਜੋ ਇਹਦੀ ਨੈਚੁਰਲ ਮੌਤ ਹੋਊਗੀ ਉਹਦੇ ਨਾਲ ਹੀ ਚੱਲਣਾ ਆ, ਅਸੀਂ ਇਹਦੀਆਂ ਪੱਟੀਆਂ ਕਰੀ ਜਾਣੀਆਂ। ਵਾਹਿਗੁਰੂ ਜੀ। ਡਾਕਟਰ ਕੁਲਵੰਤ ਸਿੰਘ ਪਿੰਡਰ ਜੀ, ਅਰਬਨ ਸਟੇਟ ਵਾਲੇ, ਇਹਨਾਂ ਨੇ ਹਮੇਸ਼ਾ ਸਾਡਾ ਬੜਾ ਸਾਥ ਦਿੱਤਾ ਵਾ। ਜਦੋਂ ਵੀ ਕੋਈ ਜ਼ਖਮੀ ਜਾਂ ਬਿਮਾਰ ਅਸੀਂ ਜਾਨਵਰ ਲੈ ਕੇ ਆਏ ਹਾਂ, ਇਹਨਾਂ ਨੇ ਬਿਨਾਂ ਕਿਸੇ ਫੀਸ ਦੇ, ਬਿਨਾਂ ਕਿਸੇ ਪੈਸੇ ਦੇ, ਫਰੀ ਆਫ ਕੋਸਟ, ਟੋਟਲੀ ਫਰੀ ਆਫ ਕੋਸਟ ਇਹਨਾਂ ਦਾ ਇਲਾਜ ਜਿਹੜਾ ਕੀਤਾ ਵਾ। ਪਿੱਛੇ ਕਰਕੇ ਘੋੜੇ ਨੂੰ ਇੱਕ ਨੂੰ ਲੈ ਕੇ ਆਏ ਸੀ, ਉਹਨੂੰ 22 ਅਗਸਤ ਨੂੰ ਫੜਿਆ ਸੀ, 23 ਅਗਸਤ ਨੂੰ ਯੂਨੀਵਰਸਿਟੀ ਲੈ ਗਏ। ਉਹਨਾਂ ਨੇ ਕਿਹਾ ਕਿ ਇਹਨੂੰ ਜ਼ਹਿਰ ਦਾ ਟੀਕਾ ਲਵਾ ਦਿਓ, ਇਹਦਾ ਬਚਣ ਦੀ ਕੋਈ ਉਮੀਦ ਨਹੀਂ। ਪਰ ਅਸੀਂ 1.25 ਮਹੀਨਾ ਲਗਭਗ ਉਸ ਦੀ ਸੇਵਾ ਕਰਦੇ ਰਹੇ। ਜਦੋਂ ਉਹਦੀ ਡੈਥ ਹੋਈ ਆ, ਲਾਸਟ ਦਿਨ 'ਤੇ ਵੀ ਡਾਕਟਰ ਕੁਲਵੰਤ ਭਿੰਡਰ ਜੀ ਆਏ, ਉਹਦਾ ਟੈਂਪਰੇਚਰ ਚੈੱਕ ਕੀਤਾ। ਸ਼ਾਮ ਤੱਕ ਉਹ ਖਾਂਦਾ ਪੀਂਦਾ ਰਿਹਾ, ਵਧੀਆ ਘਾਹ ਖਾਂਦਾ ਰਿਹਾ, ਪੱਠੇ ਖਾਂਦਾ ਰਿਹਾ, ਰੋਟੀਆਂ ਖਾਂਦਾ ਰਿਹਾ। ਉਹਦੇ ਬਾਅਦ ਤਾਕਤ ਦੇ ਟੀਕੇ ਵੀ ਲਾਏ ਤਾਂ ਕਿ ਇਹਨੂੰ ਮ੍ਰਿਤਿਊ ਦਾ ਸਾਹਮਣਾ ਕਰਨ ਲਈ ਸ਼ਕਤੀ ਮਿਲ ਸਕੇ। ਔਰ 29 ਤਰੀਕ ਦੀ ਰਾਤ ਨੂੰ ਉਹ ਘੋੜਾ ਪੂਰਾ ਹੋ ਗਿਆ। ਇੱਥੇ ਜਿਹੜਾ ਵੀ ਜੀਵ ਆਉਂਦਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਉਹਦੀ ਮੁਕਤੀ ਵੀ ਹੋਣੀ ਹੈ ਤਾਂ ਉਹ ਬਿਨਾਂ ਕਿਸੇ ਦੁੱਖ ਤਕਲੀਫ ਦੇ, ਦਰਦ ਦੇ ਹੋਵੇ, ਔਰ ਨਹੀਂ ਤਾਂ ਜੇ ਉਹ ਠੀਕ ਹੋ ਜਾਵੇ ਤਾਂ ਉਹਨੂੰ ਅੱਗੇ ਪਹੁੰਚਾ ਦਿੱਤਾ ਜਾਵੇ। ਇੱਕ ਚੀਜ਼ ਦਾ ਬਹੁਤ ਵੱਡਾ ਮੈਨੂੰ ਰੋਸ ਹੈ, ਉਹ ਇਹ ਹੈ ਕਿ ਦਾ ਮਿਊਂਸੀਪਲ ਕਾਰਪੋਰੇਸ਼ਨ ਆਫ ਫਗਵਾੜਾ ਇਜ਼ ਅਟਰਲੀ ਇਨਡਲਜਿੰਗ ਇਨ ਡੈਰੀਲੈਕਸ਼ਨ ਆਫ ਡਿਊਟੀ, ਬਿਕੋਜ਼ ਇਟ ਇਜ਼ ਦਾ ਡਿਊਟੀ, ਕੋਨਸਟੀਟਿਊਸ਼ਨਲ ਡਿਊਟੀ ਆਫ ਦਾ ਮਿਊਂਸੀਪਲ ਕਾਰਪੋਰੇਸ਼ਨ ਆਫ ਫਗਵਾੜਾ ਅਥਾਰਟੀਜ਼ ਟੂ ਟੇਕ ਕੇਅਰ ਆਫ ਦਾ ਸਟ੍ਰੇ ਐਨੀਮਲਸ, ਇਟ ਇਜ਼ ਦੇਅਰ ਲੀਗਲ ਡਿਊਟੀ ਐਜ਼ ਪਰ ਮਿਊਂਸੀਪਲ ਕਾਰਪੋਰੇਸ਼ਨ ਐਕਟ ਦੈਟ ਦੇ ਸ਼ੁੱਡ ਕ੍ਰੀਏਟ ਕੈਟਲ ਪੌਂਡਸ, ਦੇ ਸ਼ੁੱਡ ਮੇਕ ਇਨਫਰਮਰੀਜ਼ ਵੇਅਰ ਦਾ ਇਲ ਐਂਡ ਇੰਜਰਡ ਕੈਟਲ ਆਰ ਕੈਪਟ ਐਂਡ ਟ੍ਰੀਟਿਡ, ਬਟ ਆਈ ਹੈਵ ਨੋ ਰੈਜ਼ਰਵੇਸ਼ਨ ਇਨ ਸੇਇੰਗ ਐਂਡ ਆਈ ਸੇ ਇਟ ਓਪਨਲੀ ਦੈਟ ਮਿਊਂਸੀਪਲ ਕਾਰਪੋਰੇਸ਼ਨ ਆਫ ਫਗਵਾੜਾ ਇਜ਼ ਗਿਲਟੀ ਆਫ ਡੈਰੀਲੈਕਸ਼ਨ ਇਨ ਡਿਊਟੀ, ਦੇ ਆਰ ਨੋਟ ਟੇਕਿੰਗ ਕੇਅਰ ਆਫ ਦਾ ਸਟ੍ਰੇ ਐਨੀਮਲਸ,
particularly these cows and dogs and nandis. And otherwise also, I have my grudge against the people of Fagwada who consider Gau as their mata. But in reality, this Gau mata and these helpless nandis are not taken care of while they worship these nandis in their idol form, I-D-O-L. In idol form, these nandis are worshipped. But in reality, these nandis are just rotting, they are meandering, they are just wasting their life, they are just made to spend their life in drudgery, and it is the violation of their right to life. I have my strongest protest and strongest views of opposition regarding the authorities of Municipal Corporation of Fagwada, who are not doing their duty by not taking care of these stray animals. Jai Shri Krishna, Jai Gau Mata, Jai Jeev, Jai Jagat.